ਨਸ਼ਾ ਕਰਦਾ ਸੀ ਕੁੱਟ ਕੁੱਟ ਤੇ ਕਰ ਦਿੰਦਾ ਸੀ ਘਰੋਂ ਬਾਹਰ ਫਿਰ ਆ ਜਾਂਦਾ ਹੁੰਦਾ ਸੀ ਤੇ ਸਰਪੰਚ ਲੈ ਆਉਂਦਾ ਹੁੰਦਾ ਸੀ ਵਾਰ ਵਾਰ ਮਨਾ ਕੇ ਮੇਰੀ ਪਨੇਹੀ ਲੱਗਦੀ ਸੀ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਇਹ ਵਿਆਹ ਹੋ ਗਿਆ 6-7 ਸਾਲ ਹੋ ਗਏ ਨੇ ਵਿਆਹ ਨੂੰ ਇੱਕੋ ਮੁੰਡਾ ਸੀ ਕੁੱਟਮਾਰ ਜਿਹੜੀ ਕਿਸ ਤਰ੍ਹਾਂ ਦੀ ਜਿਹੜੀ ਇਹ ਪਤਾ ਨਹੀਂ ਕਿਵੇਂ ਮਾਂ ਤਾਂ ਨਸ਼ਾ ਕਰਦਾ ਹੋਰ ਕੀ ਨਸ਼ਾ ਖਾਂਦਾ ਚਿੱਟਾ ਖਾਂਦਾ ਵਾਧੂ ਗੋਲੀਆਂ ਖਾਂਦਾ ਹੈ ਹਾਂ ਹੋਰ ਨਸ਼ਾ ਬੜਾ ਕੀਤਾ ਵਾ ਬੜਾ ਸਾਰਾ ਮੇਰੇ ਨਾਲ ਲੜਦਾ ਰਿਹਾ ਹੈ ਕੱਲ ਹੋਰ ਵਾਧੂ ਲੜਦਾ ਰਿਹਾ ਮੇਰੇ ਨਾਲ ਮੈਨੂੰ ਆਉਣਾ ਮਾਰਨਾ ਤਾਂ ਇਹਨੂੰ ਮਾਰ ਇਹ ਕਾ ਸਹੀ ਮੇਰੇ ਕੋਲ ਹਾਂ ਫਿਰ ਮੈਂ ਕੋਲ ਆਈ ਰਹੀ ਮਾਰ ਮੈਨੂੰ ਤੂੰ ਮਾਰਨਾ ਨਹੀਂ ਤੇ ਹਾਂ ਪਹਿਲਾਂ ਵੀ ਕਰਦਾ ਸੀ ਵਾਧੂ ਕਰਦਾ ਰਿਹਾ ਸਾਨੂੰ ਦੱਸਦੀ ਰਹੀ ਨਾ ਸਰਪੰਚ ਜਾਂਦਾ ਸੀ ਉਹਦੇ ਡੈਡੀ ਮੰਮੀ ਰਾਂ ਦੱਸਦੀ ਸੀ ਸਾਨੂੰ ਤਾਂ ਗੱਲ ਹੀ ਨਹੀਂ ਕਰ ਇਹ ਆਪਣੇ ਪਿੰਡ ਦਾ ਇੱਥੋਂ ਦਾ ਸਰਪੰਚ ਰਿਮੇਸ਼ ਆਣ ਨੇ ਜਿਹੜੀ ਮਾਰੀ ਗਈ ਹੈ ਪਤਾ ਨਹੀਂ ਆਪਾਂ ਵੇਖੀ ਨਹੀਂ ਕੀ ਮਾਰਾ ਕੀ ਨਹੀਂ ਉਹਨੇ ਮਾਰਾ ਨਾ ਆਪਾਂ ਗਏ ਆ ਕਿੱਥੇ ਮਾਰਿਆ ਕਿੱਥੇ ਹਾਂ ਮਾਰੇ ਤੇ ਇੱਥੇ ਸਿਰ ਤੇ ਹੀ ਕੋਈ ਚੀਜ਼ ਮਾਰੀ ਸੀ ਹਾਂ ਸੀ ਹਾਂ ਕੀ ਮੰਗ ਕਰ ਰਹੇ ਆ ਅਸੀਂ ਉਹਨੂੰ ਚਾਹਣੇ ਇਹੋ ਆ ਨੇ ਕਿਹੜਾ ਕੁਛ ਉਹਨਾਂ ਮਾ ਕਰਨੇ ਆ ਹਾਂ ਸਾਨੂੰ ਸਜ਼ਾ ਮਿਲਣੀ ਚਾਹੀਦੀ ਉਹਨੂੰ ਹੋਰ ਇੱਥੇ ਕੀ ਮਾਮਲਾ ਇਸ ਤਰ੍ਹਾਂ ਜੀ ਇਹ ਦੋਨਾਂ ਜੀਆਂ ਦੀ ਆਪਸ ਵਿੱਚ ਘਾਟੀ ਬੰਦੀ ਸੀ ਦੱਸਣ ਮੁਤਾਬਕ ਲੜਕੀ ਪਿੰਡ ਰਣਜੀਤਗੜ੍ਹ ਝੁੱਗੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਉਹ ਵਿਆਹੀ ਸੀ ਇੱਥੇ ਸ਼ਾਂਗਾ ਖੁਰਦ ਥਾਣਾ ਮਮਦੋਟ ਇਹਨਾਂ ਦੀ ਆਪਸ ਵਿੱਚ ਕਾਫੀ ਸਮੇਂ ਤੋਂ ਨਹੀਂ ਬਣਦੀ ਸੀ ਦੱਸਣ ਮੁਤਾਬਕ ਇਹ ਆ ਵੀ ਉਹਦਾ ਘਰ ਵਾਲਾ ਜਿਹੜਾ ਜੂਆ ਖੇਡਣ ਦਾ ਆਦੀ ਸੀ ਨਸ਼ੇ ਪੱਤੇ ਕਰਨ ਦਾ ਆਦੀ ਸੀ ਘਰ ਦੇ ਦਾਣੇ ਵੇਚ ਕੇ ਵੀ ਜੂਆ ਖੇਡਿਆਉਂਦਾ ਸੀ ਜਿੱਥੋਂ ਘਰ ਚ ਅਣਬਣ ਰਹਿੰਦੀ ਸੀ ਇਹਨਾਂ ਦੀ ਸ਼ਾਦੀ ਨੂੰ ਕਰੀਬ 8-9 ਸਾਲ ਹੋ ਚੁੱਕੇ ਸੀ ਇੱਕ ਬੱਚਾ ਇਹਨਾਂ ਕੋਲ ਲੜਕਾ 6 ਸਾਲ ਉਮਰ ਹਾਂਜੀ 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 ਇਹ ਉਹ ਇੱਟ ਮਾਰੀ ਜੀ ਇਹਦੇ ਹਸਬੈਂਡ ਨੇ ਕੁਲਵੰਤ ਸਿੰਘ ਨੇ ਆਪਦੀ ਮਿਸਿਜ ਸਰੋਜ ਨੂੰ ਇੱਟ ਮਾਰ ਕੇ ਸਿਰ 'ਚ ਇੱਟ ਵੱਜੀ ਫਿਲਹਾਲ ਤਾਂ ਸਾਡੇ ਸਾਹਮਣੇ ਤਾਂ ਉਹੀ ਸੱਟ ਆਈ ਹੈ ਜਿਹਦੇ ਨਾਲ ਮੌਤ ਹੋਈ ਹੈ ਬਾਕੀ ਡਾਕਟਰ ਸਾਹਿਬ ਦੀ ਜੋ ਰਿਪੋਰਟ 'ਤੇ ਪਤਾ ਕਲੀਅਰ ਲੱਗ ਜਾਵੇ ਨਹੀਂ ਜੀ ਨਹੀਂ ਹਲੇ ਭਗੌੜਾ ਹੈ ਜਲਦੀ ਗ੍ਰਿਫਤਾਰੀ ਨੂੰ ਕਰਾਂਗੇ ਜੀ ਮਾਮਲਾ ਕੱਲ੍ਹ ਸ਼ਾਮ ਦਾ ਜੀ 302 IPC ਜੀ ਮਾਮਲਾ ਦਰਜ ਕਰ ਲਿਆ ਜੀ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲੇ 'ਚ ਲਿਆਂਦੀ ਜਾਏਗੀ ਮੈਂ ਇਸ ਸੁਖਦੇਵ ਰਾਜ ਥਾਣਾ ਮਮਦੋਟ ਡਿਸਟ੍ਰਿਕਟ ਫਿਰੋਜ਼ਪੁਰ